ਸਾਰੀਆਂ ਸੰਗਤਾਂ ਨੇ ਆਨੰਦ ਦਾ ਪਿਆਲਾ ਚੁੱਕ ਕੇ ਆਪੋ ਆਪਣੀ ਰਸਨਾ ਨਾਲ ਜੇਕਰ ਕੱਚਿਆਂ ਕਰੋਪਿਆਂ ਨੂੰ ਲਿਪਗੇ ਨਾ ਤੇ ਉਹ ਢਿੰਦਿਆਂ ਢਿੰਦੋਂ ਲਿਪਗੇ ਨਾ ਤੇ ਉਹ ਢਿੰਦਿਆਂ ਢਿੰਦਿਆਂ ਢਹਿ ਜਾਂਦੇ ਜਿਹੜੇ ਕੰਮਾਂ ਵਿੱਚ ਨਾ ਕਰੀਏ ਉਦੋਂ ਤੇ ਉਹ ਰਹਿੰਦਿਆਂ ਰਹਿੰਦਿਆਂ ਰਹਿ ਜਾਂਦੇ ਜੇਕਰ ਗੁੱਸਿਆਂ ਕਾਇਮ ਮਨਾ ਲਈਏ ਨਾ ਤੇ ਪਾਟਕ ਪੈਂਦਿਆਂ ਪੈਂਦਿਆਂ ਪੈ ਜਾਂਦੇ ਨਿੰਦਕ ਵਾਚ ਨਾ ਚੁਗਲੀਓ ਵਾਚ ਰਹਿੰਦੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ ਮਾਂ ਗੁਰਮੁਖਾਂ ਦੇ ਚਿੰਨ ਹੁੰਦੇ ਤੇ ਗੱਲ ਸਹਿੰਦਿਆਂ ਸਹਿੰਦਿਆਂ ਸਹਿ ਜਾਂਦੇ ਅੱਜ ਦੇ ਸਮੇਂ ਚ ਸਹਿਣਸ਼ੀਲਤਾ ਬਹੁਤ ਘੱਟ ਰਹੀ ਹੈ ਆਪੋ ਆਪਣੇ ਚ ਸਹਿਣਸ਼ੀਲਤਾ ਵਧਾਈਏ ਵਧੂਗੀ ਕਿਵੇਂ ਜੇ ਅਸੀਂ ਸਿਮਰਨ ਕਰਾਂਗੇ ਪਾਠ ਕਰਾਂਗੇ ਸਤਸੰਗ ਕਰਾਂਗੇ ਇਹ ਬਖਸ਼ਿਸ਼ ਪ੍ਰਾਪਤ ਹੋਵੇਗੀ ਤੇ ਜਿਹੜੀ ਬਖਸ਼ਿਸ਼ ਪ੍ਰਾਪਤ ਹੋਏਗੀ ਉਹਦੇ ਨਾਲ ਸਾਡੇ ਜੀਵਨ ਵਿੱਚ ਆਨੰਦ ਆਵੇਗਾ ਖੀਰਾ ਆਵੇਗਾ ਖੁਸ਼ੀ ਆਵੇਗੀ ਜੇ ਉਸ ਆਨੰਦ ਵਿੱਚ ਲੀਨ ਹੋ ਜਾਈਏ ਤਾਂ ਕਿ ਇੱਕ ਰਸ ਵਿੱਚ ਇੱਕ ਰੂਪ ਵਿੱਚ ਅਸੀਂ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਰਹਿਮਤਾਂ ਮੰਨਣੀਆਂ ਨੇ ਪ੍ਰੇਮ ਨਾਲ ਲੋਕੀ ਜਾਣਾ ਨੇ ਰਾਮ ਕਲੀਮਾ ਕੀ ਜਾਨ ਦੇ ਓਂਕਾਰ ਸਤਿਗੁਰ
ਸਗਲ ਜਗਤ ਚੁਣਿਆ ਆਚੇ ਕਰਮ ਮਧੁ ਕਰਮੀ ਆਪੋ ਆਪਣੀ ਕੇ ਸਰਗੂ ਕਿਨੀ ਨਾਮ ਨਾਨਕ ਦੇਵ ਮਿਹਰਬਾਨ ਅਕਾਲ ਪੁਰਖ ਅੰਤਰਯਾਮੀ ਸਵਾਗਤ ਸੰਗਤ ਵੱਲੋਂ ਗੁਰੂ ਘਰ ਵੱਲੋਂ ਗੁਰਬਾਣੀ ਦੇ ਸਤਿਕਾਰ ਵਿੱਚ ਮਾਇਆ ਦੁਆਰਾ ਪੂਰਵ ਬੱਚਿਆਂ ਨੂੰ ਵਿਦਿਆ ਦਾਨ ਘਰ ਵਿੱਚ ਤੰਦਰੁਸਤੀ ਅਤਿ ਪਾਪ ਦੀਆਂ ਦਾਤਾਂ ਬਖਸ਼ਿਸ਼ ਕਰਦੇ ਨਾਮ ਆਓ ਸਤਿਗੁਰੂ ਜੀ ਦੇ ਪਾਪ ਨੂੰ ਚਰਨਾ ਸਿੱਖਾਂ ਨੂੰ
ਵਿਵੇਕਦਾਨ, ਸਹਜਾਨ, ਭਰੋਸਾ ਦਾਨ, ਦਾਨਾ ਸਰਦਾਨ, ਦਾਨ ਸ੍ਰੀ ਅੰਮ੍ਰਿਤ ਸਾਜੀ ਕੇ ਇਸ਼ਨਾਨ, ਚੌਕੀਆਂ ਝੰਡੇ ਮੁੰਗੇ ਰੁਕੋ ਜੋਗਿਆ ਕਲ, ਧਰਮ ਕਾ ਜੈਕਾਰ ਬੁਰਜੀ ਵਾਹਿ ਗੁਰੂ, ਸਿੱਖਾਂ ਦਾ ਮਨ ਜੀਵਾ ਮਤ ਉੱਚੀ ਮਤ ਦਾ ਡਾਕਾ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੀ ਸਦਾ ਸਹਾਈ ਦਾ ਧਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲੇ ਦਰਸ਼ਨ ਦਿਲਾਰ ਤੇ ਸੇਵਾ ਸੰਭਾਲ ਦੇ ਨਾਲ ਖਾਲਸਾ ਜੀ ਨੂੰ ਬਖਸ਼ੋ, ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਹੇ ਤਾੜਿਆਂ ਦੇ ਧਾਨ ਸਤਿਗੁਰੂ, ਤੇ ਓਟਿਆਂ ਦੀ ਓਟ, ਹੇ ਅਕਾਲ ਪੁਰਖ ਅੰਤ ਜਾਪੀ ਸੱਚੇ ਪ੍ਰਚਾਰ, ਆਪ ਜੀ ਨੇ ਮਹਾਨ ਬਖਸ਼ਿਸ਼ ਕਰਮ ਕੀਤੇ, ਸਾਧੂ ਦੇ ਗ੍ਰਹਿ ਨਾਮ ਧੰਨ 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 ਸਾਧੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦਾ ਕੋਟਾ ਕੋਟ ਧੰਨਵਾਦ ਹੈ ਜੀ, ਸ਼ੁਕਰ ਹੈ ਜੀ, ਸ਼ੁਕਰਾਨਾ ਹੈ, ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸਰਬੱਤ ਸਿੱਖ ਸੰਗਤ ਨੂੰ ਖੁੱਲੇ ਦਰਸ਼ਨ ਦੇ ਕੇ ਨਿਵਾਜਿਆ ਹੈ, ਆਪ ਜੀ ਦੀ ਪਾਵਨ ਪਵਿੱਤਰ ਹੈ ਨੀਅਤ, ਸਰਬੱਤ ਸੰਗਤ ਵੱਲੋਂ ਸਰਬੱਤ ਦੇ ਭਲੇ ਵਾਸਤੇ ਪੰਥਾਂ ਵਾਲੀ ਵਿਸ਼ੇਸ਼ ਸਮਾਨ ਸਜਾਏ ਗਏ ਹਨ ਜੀ, ਸਜੇ ਹੋਏ ਮਨਾਂ ਦੇ ਅੰਦਰ ਰਾਗੀ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਛੇ ਪੌੜੀਆਂ ਨਾਮ ਸਹਿਤ ਜੀ ਕੀ ਅੱਖਰ ਵਾਧਾ ਭੱਟ ਭੁੱਲ ਚੁੱਕ ਮਾਫ ਕਰਨ ਲਈ ਬੜੇ ਸੁਣੀ ਬਾਣੀ ਸਹਿਤ ਮਨ ਵਿੱਚ ਪ੍ਰਵਾਨ ਕਰਨ ਲਈ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਉਸਾਰਨ, ਸਤਿਗੁਰ ਜੀਓ ਸਰਬੱਤ ਸੰਗਤਾਂ ਦੀਆਂ ਸੇਵਾਵਾਂ ਖਿਡਾਵਾਂ ਭਾਲੀਆਂ ਰੱਤੇ ਪ੍ਰਵਾਨ ਕਰਦੀਆਂ, ਆਪਣੇ ਦਰੋਂ ਘਰੋਂ ਸਿੱਖੀ ਸਿਰਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਮਨ ਦੀਆਂ ਭਾਵਨਾਵਾਂ ਪੂਰੀਆਂ ਕਰਨੀਆਂ, ਜੋ ਮਾਗੇ ਭਾਵ ਹੋਏ ਆਪਣੇ ਤੇ ਸੋਈ ਸੋਈ ਦੇਵੈ ਦਾਨ
ਸਿੱਧੀ ਜਿੱਦਾਂ ਨੂੰ ਅਸੀਂ ਪਿਆਰ ਨਾਲ ਬੋਲੀ ਲਿਖੀ ਕਹਿੰਦੇ ਹਾਂ, ਉਹਨਾਂ ਨੇ ਤੁਹਾਡੇ ਨਾਲ ਪ੍ਰੇਰਨਾ ਕਰਾ ਕੇ ਅੱਜ ਦੇ ਵਿਦਾਰ ਕਰਾਏ ਹਨ। ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਅਪਾਰ ਬਖਸ਼ ਕਿਰਪਾ ਕਰਕੇ ਸਿੱਖ ਇਤਿਹਾਸ ਸੀ ਸੇਵਾ ਲਈ ਹੈ, 40 ਪੁਸਤਕਾਂ ਲਿਖੀਆਂ ਨੇ, ਇੱਕ ਦਸਾਂ ਪਾਤਸ਼ਾਹਾਂ ਦਾ ਜੀਵਨ ਦੌਰਾ ਜਿਨ੍ਹਾਂ ਨੂੰ ਵੀ ਲੋੜ ਹੋਵੇ ਕਿ ਲੈ ਰਹਿਣਾ, ਦਸਾਂ ਪਾਤਸ਼ਾਹਾਂ ਦੀ ਪੂਰੀ ਜਾਣਕਾਰੀ, ਇੱਕ ਤੇਜ 2,40,000 ਦਾ ਹੈ ਜਿਨ੍ਹਾਂ ਦਾ ਜੀਵ ਕੀਤਾ ਉਹ ਸਾਡੇ ਕੋਲੋਂ ਲੈ ਸਕਦੇ ਹਨ। ਇਹੀ ਬੱਚਾ ਨੂੰ ਵਿਸਰਾਮ ਦਿੰਦਿਆਂ ਹੋਇਆ ਸਾਰੀਆਂ ਸੰਗਤਾਂ ਦਾ, ਇਹਨਾਂ ਦੇ ਪ੍ਰਬੰਧ ਵੀਰਾਂ ਦਾ ਰੋਮ ਰੋਮ ਧੰਨਵਾਦ। ਤੁਸੀਂ ਬਹੁਤ ਸੋਹਣਾ ਗੁਰੂ ਘਰ ਗੁਰਦੁਆਰਾ ਬਣਾਇਆ ਔਰ ਹਫ਼ਤਾਵਾਰੀ ਦੀਵਾਨਾਂ ਦੇ ਵਿੱਚ ਸੰਗਤਾਂ ਨੂੰ ਰੋੜ ਕੇ